ਸਤਿ ਸ੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਮੇਲੂ ਢਿੱਲ ਵਾਂ। ਅਤੇ ਆਪਾਂ ਨੂੰ ਪਤਾ ਵੀ ਇਹ ਭਗਵੰਤ ਮਾਨ ਨੇ ਜਿਹੜੀ ਰਿਸ਼ਵਤਖੋਰਾਂ 'ਤੇ ਜਿਹੜੀ ਲਗਾਮ ਕਸਣੀ ਸ਼ੁਰੂ ਕੀਤੀ ਹੈ, ਰਿਸ਼ਵਤ ਬਿਲਕੁਲ ਬੰਦ ਕਰਤੀ, ਅਫਸਰ ਵੀ ਡਰਨ ਲੱਗ ਗਏ ਅਤੇ ਰਿਸ਼ਵਤ ਲੈਣੋਂ ਹਟ ਗਏ। ਇੱਕ ਅਫਸਰ ਦੀ ਕਹਾਣੀ ਲਿਖੀ ਹੈ, ਮੈਂ ਗਾਣਾ ਲਿਖਿਆ ਗਾ ਕਿ ਉਹ ਅਫਸਰ ਰਿਸ਼ਵਤਖੋਰ ਅਫਸਰ ਜਿਹੜਾ ਕਿ ਹਰ ਰੋਜ਼ ਦਫ਼ਤਰ ਦੇ ਵਿੱਚ ਲੋਕਾਂ ਤੋਂ ਕਿਸੇ ਤੋਂ 1000 ਲੈ ਲਿਆ, ਕਿਸੇ ਤੋਂ 2000 ਲੈ ਲਿਆ, ਕਿਸੇ ਤੋਂ 5000 ਲੈ ਲਿਆ, ਕਿਸੇ ਤੋਂ 20000, ਲੱਖਾਂ ਤੱਕ ਹੀ ਲੈਂਦੇ ਰਹੇ ਹੈਗੇ। ਅਤੇ ਉਦੋਂ ਖੁੱਲ੍ਹੇ ਪੈਸੇ ਹੁੰਦੇ ਸੀਗੇ, ਆਮ ਮਤਲਬ ਪੈਸਾ ਹੁੰਦਾ ਸੀਗਾ, ਅਤੇ ਜਦੋਂ ਜੀ ਕਰਦਾ ਸੀਗਾ ਕੋਈ ਚੀਜ਼ ਲੈਣੀ, ਬੋਤਲ ਵੀ ਬਹੁਤ ਮਹਿੰਗੀ ਮਹਿੰਗੀ ਦਾਰੂ ਪੀਂਦੇ ਸੀਗੇ। ਇਹ ਕਹਾਣੀ ਮੈਂ ਲਿਖੀ ਹੈ ਇੱਕ ਰਿਸ਼ਵਤਖੋਰ ਅਫਸਰ ਦੀ। ਜਦੋਂ ਮਤਲਬ ਸ਼ਾਮ ਨੂੰ ਡਿਊਟੀ ਕਰਕੇ ਘਰੇ ਜਾਂਦਾ ਉਹ, ਅਤੇ ਪਹਿਲਾਂ ਜਦੋਂ ਜਾਂਦਾ ਹੁੰਦਾ, ਜਦੋਂ ਰਿਸ਼ਵਤ ਲੈਂਦਾ ਹੁੰਦਾ ਸੀਗਾ, ਉਦੋਂ ਵਧੀਆ ਮਹਿੰਗੇ ਭਾਅ ਦੀ ਉਹਦੇ ਕੋਲ ਬੋਤਲ ਹੁੰਦੀ ਸੀ, ਚੰਗੇ ਫਲ ਫਰੂਟ ਲੈ ਕੇ ਆਉਂਦਾ ਹੁੰਦਾ ਸੀਗਾ। ਅਤੇ ਘਰੇ ਜਾ ਕੇ ਜਦੋਂ ਬਹਿ ਜਾਂਦਾ ਗਾ ਅਤੇ ਬੋਤਲ ਕੱਢ ਕੇ ਜਦੋਂ ਮੇਜ਼ 'ਤੇ ਰੱਖਦਾ, ਉਹਦੇ ਘਰ ਵਾਲੀ ਦੇਖਦੀ ਆ ਵੀ ਇੰਨੀ ਸਸਤੀ ਜੀ ਜਲਬਾ ਬੋਤਲ ਰੱਖੀ ਬੈਠਾ, ਅੱਜ ਅੱਗੇ ਤਾਂ ਇਹਦੇ ਕੋਲ 1000-2000 ਵਾਲੀ ਬੋਤਲ ਹੁੰਦੀ ਸੀ, 1900-2000 ਵਾਲੀ। ਅਤੇ ਉਦੋਂ ਬਾਅਦ ਮਾਂ ਦਾ ਪੁੱਤ ਫਰਿੱਜ 'ਚੋਂ ਜਦੋਂ ਪਾਣੀ ਬੋਤਲ ਕੱਢ ਕੇ ਪੀਣ ਲੱਗਦਾ, ਪਹਿਲਾਂ ਖਾਰਾ ਪਾ ਕੇ ਪੀਂਦਾ ਹੁੰਦਾ ਗਾ, ਉਦੋਂ ਬਾਅਦ ਇੱਕ ਗੰਢਾ ਚੀਰ ਲੈਂਦਾ, ਉਹਦੇ 'ਤੇ ਲੂਣ ਲਾ ਕੇ ਖਾਂਦਾ, ਫਿਰ ਉਹਦੇ ਘਰ ਵਾਲੀ ਉਹਨੂੰ ਪੁੱਛਦੀ ਆ ਅਤੇ ਉਹ ਕੀ ਦੱਸਦਾ, ਇਹ ਗੱਲਾਂ ਕਰਦੇ ਆ ਉਸ ਵਿੱਚ। ਸੋ ਲਿਖੀਆਂ ਨੇ, ਸੁਣਿਓ ਜ਼ਰਾ। ਵੇ ਪਹਿਲਾਂ ਜਦ ਤੂੰ ਡਿਊਟੀ ਕਰਕੇ ਘਰ ਨੂੰ ਆਉਂਦਾ ਸੀ, ਮਠਿਆਈ ਤੇ ਫਲ ਫਰੂਟ ਜੇ ਬੜੇ ਲਿਆਉਂਦਾ ਸੀ, ਮਹਿੰਗੇ ਪਾ ਦੀ ਬੋਤਲ ਲਿਆ ਕੇ ਬਿਲਾਉਂਦਾ ਸੀ, ਪੈਗ ਚਿਕਨ ਮੰਗਾ ਕੇ, ਮਹਿੰਗੇ ਪਾ ਦੀ ਬੋਤਲ ਲਿਆ ਕੇ ਬਿਲਾਉਂਦਾ ਸੀ, ਪੈਗ ਚਿਕਨ ਮੰਗਾ ਕੇ, ਅੱਜ ਲੂਣ ਗੰਢੇ ਤੇ ਲਾ ਕੇ, ਵੀ ਅੱਜ ਲੂਣ ਗੰਢੇ ਤੇ ਲਾ ਕੇ ਤੂੰ ਤਾਂ ਪੈਗ ਲਾ ਗਿਆ ਵੇ, ਤੂੰ ਇੰਗਲਿਸ਼ ਦਾ ਸ਼ੌਂਕੀ ਜਲਵਾ ਤੇ ਕਿਵੇਂ ਆ ਗਿਆ ਵੇ, ਤੂੰ ਇੰਗਲਿਸ਼ ਦਾ ਸ਼ੌਂਕੀ ਖਾਸਾ ਤੇ ਕਿਵੇਂ ਆ ਗਿਆ ਵੇ। ਆ ਮੁੱਖ ਮੰਤਰੀ ਜਿੱਦਣ ਦਾ ਹੈ ਬਣਿਆ ਝੰਡਾ ਨੀ, ਰਿਸ਼ਵਤ ਵਾਲਾ ਠੱਪ ਜਮਾ ਕਰਵਾਤਾ ਧੰਦਾ ਨੀ, ਆ ਰਿਸ਼ਵਤ ਵਾਲਾ ਠੱਪ ਜਮਾ ਕਰਵਾਤਾ ਧੰਦਾ ਨੀ, ਉਹਨੇ ਕਰਤੀ ਫੁੱਲ ਸਖਤਾਈ ਨੀ, ਹੁਣ ਨੀ ਹੁੰਦੀ ਉਤੋਂ ਕਮਾਈ, ਉਹਨੇ ਕਰਤੀ ਫੁੱਲ ਸਖਤਾਈ ਨੀ, ਹੁਣ ਨੀ ਹੁੰਦੀ ਉਤੋਂ ਕਮਾਈ, ਜਿਹੜੀ ਪਹਿਲਾਂ ਐਸ਼ ਉਡਾਈ ਉਹ ਨਾ ਰਿਹਾ ਨਜ਼ਾਰਾ ਨੀ, ਹੁਣ ਕੱਲੀ ਤਨਖਾਹ ਨਹੀਂ ਕਰਨਾ ਪਊ ਗੁਜ਼ਾਰਾ ਨੀ, ਹੁਣ ਕੱਲੀ ਤਨਖਾਹ ਨਹੀਂ ਕਰਨਾ ਪਊ ਗੁਜ਼ਾਰਾ ਨੀ, ਤੂੰ ਘਰ ਦਾ ਸਾਰਾ ਖਰਚਾ ਰਿਸ਼ਵਤ ਨਾਲ ਚਲਾਉਂਦਾ ਸੀ, ਵੇ ਘਰ ਦਾ ਸਾਰਾ ਖਰਚਾ ਰਿਸ਼ਵਤ ਨਾਲ ਚਲਾਉਂਦਾ ਸੀ, ਤਨਖਾਹ ਤਨਖੂਹ ਤਾਂ ਬੈਂਕ 'ਚ ਸਾਰੀ ਜਮ੍ਹਾਂ ਕਰਾਉਂਦਾ ਸੀ, ਤਨਖਾਹ ਤਨਖੂਹ ਤਾਂ ਬੈਂਕ 'ਚ ਸਾਰੀ ਜਮ੍ਹਾਂ ਕਰਾਉਂਦਾ ਸੀ, ਕਿੰਨੀ ਜਾਇਦਾਦ ਬਣਾਈ ਵੇ ਨਾਲੇ ਚੰਗੀ ਕੋਠੀ ਪਾਈ, ਕਿੰਨੀ ਜਾਇਦਾਦ ਬਣਾਈ ਵੇ ਨਾਲੇ ਚੰਗੀ ਕੋਠੀ ਪਾਈ, ਐਵੇਂ ਟੈਂਸ਼ਨ ਲੈ ਗਿਆ ਵਾਲੀ, ਐਵੇਂ ਟੈਂਸ਼ਨ ਲੈ ਗਿਆ ਵਾਲੀ, ਦਸਕਾ ਤੋਂ ਘਬਰਾ ਗਿਆ ਵੇ, ਤੂੰ ਇੰਗਲਿਸ਼ ਦਾ ਸ਼ੌਂਕੀ ਜਲਵਾ ਤੇ ਕਿਵੇਂ ਆ ਗਿਆ ਵੇ, ਤੂੰ ਇੰਗਲਿਸ਼ ਪੀਂਦਾ ਪੀਂਦਾ ਖਾਸਾ ਤੇ ਕਿਵੇਂ ਆ ਗਿਆ ਵੇ, ਨੀ ਅਕਾਲੀ ਕਾਂਗਰਸ ਵੇਲੇ ਬੜੀਆਂ ਮੌਜਾਂ ਲੁੱਟਦੇ ਸੀ, ਬਲੈਕ ਡੌਗ ਨਾਲ ਰੋਜ਼ ਸ਼ਾਮ ਨੂੰ ਮੁਰਗੇ ਉੱਡਦੇ ਸੀ, ਨੀ ਅਕਾਲੀ ਕਾਂਗਰਸ ਵੇਲੇ ਬੜੀਆਂ ਮੌਜਾਂ ਲੁੱਟਦੇ ਸੀ, ਬਲੈਕ ਡੌਗ ਨਾਲ ਰੋਜ਼ ਸ਼ਾਮ ਨੂੰ ਮੁਰਗੇ ਉੱਡਦੇ ਸੀ, ਪੁੱਛਦਾ ਨੀ ਸੀ ਕੋਈ ਸਾਲਾ ਨੀ ਬੜਾ ਕੀਤਾ ਕਾਲਾ ਮਾਲਾ, ਪੁੱਛਦਾ ਨੀ ਸੀ ਕੋਈ ਸਾਲਾ ਬੜਾ ਕੀਤਾ ਕਾਲਾ ਮਾਲਾ, ਅਸਤੌਜ ਪਿੰਡ ਜੇ ਵਾਲਾ ਨੀ ਅਸਤੌਜ ਪਿੰਡ ਜੇ ਵਾਲਾ, ਚੱਲਣ ਦਿੰਦਾ ਚਾਰਾ ਨੀ, ਹੁਣ ਕੱਲੀ ਤਨਖਾਹ ਨੀ ਕਰ ਲਿਆ ਕਰੀ ਗੁਜ਼ਾਰਾ ਨੀ, ਹੁਣ ਕੱਲੀ ਤਨਖਾਹ ਨਾ ਕਰਨਾ ਪਊ ਗੁਜ਼ਾਰਾ ਨੀ, ਮੈਂ ਸੁਣਿਆ ਕਈ ਪਿੱਛੇ ਜੇ ਫੜ ਲੇ ਪਟਵਾਰੀ ਵੇ, ਕਪੜੇ ਵਾਜਾਂ ਦੀ ਹੁਣ ਆਊ ਸਭ ਦੀ ਵਾਰੀ ਵੇ, ਕਪੜੇ ਵਾਜਾਂ ਦੀ ਹੁਣ ਆਊ ਸਭ ਦੀ ਵਾਰੀ ਵੇ, ਦੇਖੀ ਤੂੰ ਨਾ ਚੜ ਜੀ ਡਿੱਕੇ ਵੇ, ਕਿਧਰੇ ਨਾ ਕਟਵਾਲੀ ਗਿੱਟੇ ਵੇ, ਕਿਧਰੇ ਤਾਂ ਕਟਵਾਲੀ ਗਿੱਟੇ, ਲੋਕੀ ਆਖਣਗੇ ਦੁਰ ਫਿੱਟੇ, ਲੋਕੀ ਆਖਣਗੇ ਦੁਰ ਫਿੱਟੇ, ਜੇ ਤੇਰਾ ਨੂੰ ਆ ਗਿਆ ਵੇ, ਤੂੰ ਇੰਗਲਿਸ਼ ਦਾ ਸ਼ੌਂਕੀ ਜਲਵਾ ਤੇ ਕਿਵੇਂ ਆ ਗਿਆ ਵੇ, ਤੂੰ ਇੰਗਲਿਸ਼ ਦਾ ਸ਼ੌਂਕੀ ਜਲਵਾ ਤੇ ਕਿਵੇਂ ਆ ਗਿਆ ਵੇ।
बड़िया डिगिया घर अपने पैसे दिया छल्ला नी हुण नी आउणा कम लोटियो गईया गल्ला नी हुण नी आउणा कम लोटियो गईया गल्ला नी लुटिया मैं लोकां नू बाला नी हुण तां बटना ही पैणा टाला लुटिया मैं लोकां नू बाला हुण तां बटना ही पैणा टाला नहीं तां मेलू ढलमां वाला नहीं तां मेलू ढलमां वाला कर दू गल्लां विच नतारा नी हुण कल्ली तनखा नहीं करना पऊ गजारा नी हुण कल्ली तनखा नहीं कर लिया करी गजारा नी तू इंग्लिश पींदा पींदा जलवा ते किवें आ गया वे तू इंग्लिश पींदा पींदा जलवा ते किवें आ गया वे।